ਤੇ ਇੱਕ ਹੋਰ ਅਹਿਮ ਫੈਸਲਾ ਦੇ ਵਿੱਚ ਹੈ ਕਿ ਹਾਜ਼ਰੀ ਜਿਹੜੀ ਹੈ ਪਟਵਾਰੀਆਂ ਦੀ ਉਹ ਬਾਇਓਮੀਟ੍ਰਿਕ ਹਾਜ਼ਰੀ ਹੋਊਗੀ। ਬਾਇਓਮੀਟ੍ਰਿਕ ਮੀਨਸ ਜੇ ਪੰਜਾਬੀ 'ਚ ਮੈਂ ਦੱਸ ਦਿੰਦਾ, ਅੰਗੂਠਾ ਲਾਉਣ ਵਾਲੀ ਜਿਹੜੀ ਹਾਜ਼ਰੀ ਹੁੰਦੀ ਹੈ, ਆਉਣ ਵੇਲੇ ਡਿਊਟੀ 'ਤੇ ਆਉਣ ਵੇਲੇ ਅਤੇ ਡਿਊਟੀ ਤੋਂ ਜਾਣ ਵੇਲੇ ਬਾਇਓਮੀਟ੍ਰਿਕ ਹਾਜ਼ਰੀ ਲੱਗੂਗੀ, ਉਹਦਾ ਆਪਣਾ ਫਿੰਗਰ ਪ੍ਰਿੰਟ ਜਿਹੜੇ ਨੇ ਉਹਦੇ ਨਾਲ ਉਹਨੂੰ ਹਾਜ਼ਰੀ ਲਾਉਣੀ ਪੈਣੀ ਹੈ। ਕਿਉਂਕਿ ਬਹੁਤ ਸਾਰੀਆਂ ਸ਼ਿਕਾਇਤਾਂ ਮਿਲ ਰਹੀਆਂ ਨੇ ਕਿ ਉਹਨਾਂ ਨੇ ਅੱਗੇ ਬੰਦੇ ਰੱਖੇ ਹੋਏ ਨੇ ਬਹੁਤ ਘੱਟ ਤਨਖਾਹ 'ਤੇ, ਆਪ ਕੰਮ ਕਰਦੇ ਨਹੀਂ ਕਿਤੋਂ ਹੋਰ ਕਰਵਾਉਂਦੇ ਆ, ਸੋ ਇਹਦੇ ਨਾਲ ਉਹ ਵੀ ਦੂਰ ਹੋਣਗੀਆਂ। ਅਤੇ ਜਿਹੜੇ ਨਵੇਂ ਪਟਵਾਰੀ ਭਰਤੀ ਕਰਨੇ ਨੇ ਉਹਦੇ ਵਿੱਚ ਮੈਰਿਟ ਦੇ ਆਧਾਰ 'ਤੇ, ਪੇਪਰ ਤੋਂ ਬਾਅਦ ਮੈਰਿਟ ਦੇ ਆਧਾਰ 'ਤੇ ਨਿਯੁਕਤੀਆਂ ਹੋਣਗੀਆਂ। ਸੋ ਮੈਂ ਇਹ ਖੁਸ਼ਖਬਰੀ ਪੰਜਾਬੀਆਂ ਨਾਲ ਸਾਂਝੀ ਕਰਨੀ ਚਾਹੁੰਦਾ ਸੀ ਕਿ 741 ਉਹ ਪਟਵਾਰੀ ਜਿਹੜੇ ਟ੍ਰੇਨਿੰਗ 'ਤੇ ਨੇ ਉਹ ਫੀਲਡ 'ਚ ਆ ਜਾਣਗੇ, 710 ਨੂੰ ਨਿਯੁਕਤੀ ਪੱਤਰ ਮਿਲ ਰਹੇ ਨੇ ਅਤੇ 586 ਨਵੀਆਂ ਜਿਹੜੀਆਂ ਪੋਸਟਾਂ ਨੇ ਪਟਵਾਰੀਆਂ ਦੀਆਂ ਉਹ ਅਸੀਂ ਐਡਵਰਟਾਈਜਮੈਂਟ ਕਰ ਰਹੇ ਹਾਂ, ਉਹਨਾਂ ਦੇ ਇਸ਼ਤਿਹਾਰ ਆ ਜਾਣਗੇ ਅਤੇ ਉਹਦੇ ਵਾਸਤੇ ਬੱਚੇ ਜਿਹੜੇ ਨੇ ਨੌਜਵਾਨ ਮੁੰਡੇ ਕੁੜੀਆਂ ਉਹ ਪੇਪਰ ਦੇ ਕੇ ਮੈਰਿਟ ਦੇ ਆਧਾਰ 'ਤੇ ਉਹਨਾਂ ਨੂੰ ਪਟਵਾਰੀ ਨਿਯੁਕਤ ਕੀਤਾ ਜਾਊਗਾ। ਅਤੇ ਪਟਵਾਰੀਆਂ ਦੀ ਜਿਹੜੀ ਹਾਜ਼ਰੀ ਹੈ ਦਫ਼ਤਰ ਦੇ ਵਿੱਚ ਉਹ ਆਉਣ ਵੇਲੇ ਅਤੇ ਜਾਣ ਵੇਲੇ ਬਾਇਓਮੀਟ੍ਰਿਕ ਹੋਊਗੀ, ਤਾਂ ਕਿ ਕੋਈ ਕਿਸੇ ਬੰਦਾ ਕੋਈ ਰੱਖ ਲਿਆ ਅੱਗੇ ਦੀ ਅੱਗੇ, ਆਪ ਜਿਹੜਾ ਮੇਨ ਪਟਵਾਰੀ ਹੈ ਉਹ ਕਿਤੇ ਹੋਰ ਕੰਮ ਕਰ ਰਿਹਾ, ਕੋਈ ਹੋਰ ਧੰਦਾ ਕਰ ਰਿਹਾ, ਕੰਮ ਕਰ ਰਿਹਾ, ਬਿਜ਼ਨਸ ਕਰ ਰਿਹਾ ਕੋਈ, ਪਰ ਉਹਦੀ ਥਾਂ 'ਤੇ ਕੋਈ ਹੋਰ ਜਿਹੜਾ ਉਹਦਾ ਉਹਦੀ ਸੇਵਾਵਾਂ ਨਿਭਾ ਰਿਹਾ, ਇਹ ਖਤਮ ਹੋ ਜਾਣਗੀਆਂ। ਆਉਣ ਵਾਲੇ ਸਮੇਂ ਦੌਰਾਨ ਸਾਰੇ ਨੋਟੀਫਿਕੇਸ਼ਨ ਜਾਰੀ ਹੋ ਜਾਣਗੇ ਅਤੇ ਪੰਜਾਬ ਦੇ ਲੋਕਾਂ ਨੂੰ ਕੋਈ ਖੱਜਲ ਖੁਆਰੀ ਨਹੀਂ ਅਸੀਂ ਹੋਣ ਦੇਵਾਂਗੇ ਕਿ ਉਹ ਪਟਵਾਰਖਾਨਿਆਂ 'ਚ ਜਾਂ ਤਹਿਸੀਲਾਂ 'ਚ ਕੋਈ ਕੰਮ ਕਰਵਾਉਣ ਵੇਲੇ ਉਹ ਕਿਸੇ ਗੱਲ ਤੋਂ ਉਹਨਾਂ ਨੂੰ ਨਿਰਾਸ਼ ਹੋ ਕੇ ਮੁੜਨਾ ਪਵੇ ਕਿ ਜੀ ਅੱਜ ਇਸ ਪਟਵਾਰੀ ਦਾ ਦਿਨ ਕਿਤੇ ਹੋਰ ਸੀ ਜੀ, ਅੱਜ ਉਹ ਪਟਵਾਰੀ ਇੱਥੇ ਬੈਠਿਆ ਨਹੀਂ ਜੀ, ਵਗੈਰਾ ਵਗੈਰਾ। ਸੋ ਅਸੀਂ ਪੰਜਾਬ ਦੇ ਲੋਕਾਂ ਦੀ ਖੱਜਲ ਖੁਆਰੀ ਜਿਹੜੀ ਹੈ ਉਹ ਬੰਦ ਕਰਨੀ ਹੈ, ਲੋਕਾਂ ਦੀ ਸਰਕਾਰ ਹੈ ਔਰ ਲੋਕਾਂ ਦੇ ਹੱਕ 'ਚ ਫੈਸਲੇ ਲਊਗੀ। ਅਤੇ ਇੱਕ ਹੋਰ ਅਹਿਮ ਫੈਸਲਾ ਦੇ ਵਿੱਚ ਹੈ ਕਿ ਹਾਜ਼ਰੀ ਜਿਹੜੀ ਹੈ ਪਟਵਾਰੀਆਂ ਦੀ ਉਹ ਬਾਇਓਮੀਟ੍ਰਿਕ ਹਾਜ਼ਰੀ ਹੋਊਗੀ। ਬਾਇਓਮੀਟ੍ਰਿਕ ਮੀਨਸ ਜੇ ਪੰਜਾਬੀ 'ਚ ਮੈਂ ਦੱਸ ਦਿੰਦਾ, ਅੰਗੂਠਾ ਲਾਉਣ ਵਾਲੀ ਜਿਹੜੀ ਹਾਜ਼ਰੀ ਹੁੰਦੀ ਹੈ, ਆਉਣ ਵੇਲੇ ਡਿਊਟੀ 'ਤੇ ਆਉਣ ਵੇਲੇ ਅਤੇ ਡਿਊਟੀ ਤੋਂ ਜਾਣ ਵੇਲੇ ਬਾਇਓਮੀਟ੍ਰਿਕ ਹਾਜ਼ਰੀ ਲੱਗੂਗੀ, ਉਹਦਾ ਆਪਣਾ ਫਿੰਗਰ ਪ੍ਰਿੰਟ ਜਿਹੜੇ ਨੇ ਉਹਦੇ ਨਾਲ ਉਹਨੂੰ ਹਾਜ਼ਰੀ ਲਾਉਣੀ ਪੈਣੀ ਹੈ। ਕਿਉਂਕਿ ਬਹੁਤ ਸਾਰੀਆਂ ਸ਼ਿਕਾਇਤਾਂ ਮਿਲ ਰਹੀਆਂ ਨੇ ਕਿ ਉਹਨਾਂ ਨੇ ਅੱਗੇ ਬੰਦੇ ਰੱਖੇ ਹੋਏ ਨੇ ਬਹੁਤ ਘੱਟ ਤਨਖਾਹ 'ਤੇ, ਆਪ ਕੰਮ ਕਰਦੇ ਨਹੀਂ ਕਿਤੋਂ ਹੋਰ ਕਰਵਾਉਂਦੇ ਆ, ਸੋ ਇਹਦੇ ਨਾਲ ਉਹ ਵੀ ਦੂਰ ਹੋਣਗੀਆਂ। ਅਤੇ ਜਿਹੜੇ ਨਵੇਂ ਪਟਵਾਰੀ ਭਰਤੀ ਕਰਨੇ ਨੇ ਉਹਦੇ ਵਿੱਚ ਮੈਰਿਟ ਦੇ ਆਧਾਰ 'ਤੇ, ਪੇਪਰ ਤੋਂ ਬਾਅਦ ਮੈਰਿਟ ਦੇ ਆਧਾਰ 'ਤੇ ਨਿਯੁਕਤੀਆਂ ਹੋਣਗੀਆਂ। ਸੋ ਮੈਂ ਇਹ ਖੁਸ਼ਖਬਰੀ ਪੰਜਾਬੀਆਂ ਨਾਲ ਸਾਂਝੀ ਕਰਨੀ ਚਾਹੁੰਦਾ ਸੀ ਕਿ 741 ਉਹ ਪਟਵਾਰੀ ਜਿਹੜੇ ਟ੍ਰੇਨਿੰਗ 'ਤੇ ਨੇ ਉਹ ਫੀਲਡ 'ਚ ਆ ਜਾਣਗੇ, 710 ਨੂੰ ਨਿਯੁਕਤੀ ਪੱਤਰ ਮਿਲ ਰਹੇ ਨੇ ਅਤੇ 586 ਨਵੀਆਂ ਜਿਹੜੀਆਂ ਪੋਸਟਾਂ ਨੇ ਪਟਵਾਰੀਆਂ ਦੀਆਂ ਉਹ ਅਸੀਂ ਐਡਵਰਟਾਈਜਮੈਂਟ ਕਰ ਰਹੇ ਹਾਂ, ਉਹਨਾਂ ਦੇ ਇਸ਼ਤਿਹਾਰ ਆ ਜਾਣਗੇ ਅਤੇ ਉਹਦੇ ਵਾਸਤੇ ਬੱਚੇ ਜਿਹੜੇ ਨੇ ਨੌਜਵਾਨ ਮੁੰਡੇ ਕੁੜੀਆਂ ਉਹ ਪੇਪਰ ਦੇ ਕੇ ਮੈਰਿਟ ਦੇ ਆਧਾਰ 'ਤੇ ਉਹਨਾਂ ਨੂੰ ਪਟਵਾਰੀ ਨਿਯੁਕਤ ਕੀਤਾ ਜਾਊਗਾ। ਅਤੇ ਪਟਵਾਰੀਆਂ ਦੀ ਜਿਹੜੀ ਹਾਜ਼ਰੀ ਹੈ ਦਫ਼ਤਰ ਦੇ ਵਿੱਚ ਉਹ ਆਉਣ ਵੇਲੇ ਅਤੇ ਜਾਣ ਵੇਲੇ ਬਾਇਓਮੀਟ੍ਰਿਕ ਹੋਊਗੀ, ਤਾਂ ਕਿ ਕੋਈ ਕਿਸੇ ਬੰਦਾ ਕੋਈ ਰੱਖ ਲਿਆ ਅੱਗੇ ਦੀ ਅੱਗੇ, ਆਪ ਜਿਹੜਾ ਮੇਨ ਪਟਵਾਰੀ ਹੈ ਉਹ ਕਿਤੇ ਹੋਰ ਕੰਮ ਕਰ ਰਿਹਾ, ਕੋਈ ਹੋਰ ਧੰਦਾ ਕਰ ਰਿਹਾ, ਕੰਮ ਕਰ ਰਿਹਾ, ਬਿਜ਼ਨਸ ਕਰ ਰਿਹਾ ਕੋਈ, ਪਰ ਉਹਦੀ ਥਾਂ 'ਤੇ ਕੋਈ ਹੋਰ ਜਿਹੜਾ ਉਹਦਾ ਉਹਦੀ ਸੇਵਾਵਾਂ ਨਿਭਾ ਰਿਹਾ, ਇਹ ਖਤਮ ਹੋ ਜਾਣਗੀਆਂ। ਆਉਣ ਵਾਲੇ ਸਮੇਂ ਦੌਰਾਨ ਸਾਰੇ ਨੋਟੀਫਿਕੇਸ਼ਨ ਜਾਰੀ ਹੋ ਜਾਣਗੇ ਅਤੇ ਪੰਜਾਬ ਦੇ ਲੋਕਾਂ ਨੂੰ ਕੋਈ ਖੱਜਲ ਖੁਆਰੀ ਨਹੀਂ ਅਸੀਂ ਹੋਣ ਦੇਵਾਂਗੇ ਕਿ ਉਹ ਪਟਵਾਰਖਾਨਿਆਂ 'ਚ ਜਾਂ ਤਹਿਸੀਲਾਂ 'ਚ ਕੋਈ ਕੰਮ ਕਰਵਾਉਣ ਵੇਲੇ ਉਹ ਕਿਸੇ ਗੱਲ ਤੋਂ ਉਹਨਾਂ ਨੂੰ ਨਿਰਾਸ਼ ਹੋ ਕੇ ਮੁੜਨਾ ਪਵੇ ਕਿ ਜੀ ਅੱਜ ਇਸ ਪਟਵਾਰੀ ਦਾ ਦਿਨ ਕਿਤੇ ਹੋਰ ਸੀ ਜੀ, ਅੱਜ ਉਹ ਪਟਵਾਰੀ ਇੱਥੇ ਬੈਠਿਆ ਨਹੀਂ ਜੀ, ਵਗੈਰਾ ਵਗੈਰਾ। ਸੋ ਅਸੀਂ ਪੰਜਾਬ ਦੇ ਲੋਕਾਂ ਦੀ ਖੱਜਲ ਖੁਆਰੀ ਜਿਹੜੀ ਹੈ ਉਹ ਬੰਦ ਕਰਨੀ ਹੈ, ਲੋਕਾਂ ਦੀ ਸਰਕਾਰ ਹੈ ਔਰ ਲੋਕਾਂ ਦੇ ਹੱਕ 'ਚ ਫੈਸਲੇ ਲਊਗੀ।